ਮੈਂ ਸਾਰੇ ਰਾਜਪੁਰਾ ਨਿਵਾਸੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਉਹ ਆਪਸੀ ਭਾਈਚਾਰਾ ਬਣਾ ਕੇ ਰੱਖਣ। ਕੋਈ ਵੀ ਆਪਾਂ ਐਸਾ ਮਾਹੌਲ ਪੈਦਾ ਨਾ ਕਰੀਏ ਕਿ ਜਿਹਦੇ ਵਿੱਚ ਆਪਣਾ ਜਿਹੜਾ ਕੋਈ ਭਾਈਚਾਰਾ ਉਹ ਟੁੱਟੇ ਜਾਂ ਕੋਈ ਨੁਕਸਾਨ ਹੋਵੇ। ਨੁਕਸਾਨ ਕਿਸੇ ਪਾਸੋਂ ਵੀ ਹੋਵੇ ਸਾਨੂੰ ਬਹੁਤ ਦੁੱਖ ਹੋਏਗਾ। ਇਸ ਕਰਕੇ ਬਾਅਦ ਦੇ ਵਿੱਚ ਬਹੁਤ ਪਛਤਾਵਾ ਹੁੰਦਾ ਹੈ ਕਿ ਅਸੀਂ ਆਪਣੇ ਕਿਸੇ ਭਰਾ ਦਾ ਕੋਈ ਨੁਕਸਾਨ ਕੀਤਾ ਜਾਂ ਹੋਇਆ ਹੈ। ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਐਸਾ ਪਿਆਰ ਅਤੇ ਭਾਈਚਾਰਾ ਬਣਾ ਕੇ ਰੱਖਣਾ ਹੈ ਜਿਹਦੇ ਵਿੱਚ ਸਾਰੇ ਸੁੱਖ ਅਤੇ ਠੀਕ ਮਹਿਸੂਸ ਕਰਨ।